ਫਗਵਾੜਾ ਸ਼ਹਿਰ ਦੇ ਇੰਦਰਾ ਨਗਰ ਦਾਣਾ ਮੰਡੀ ਵਿੱਚ ਇੱਕ ਡਿਸਪੋਜ਼ਲ ਦੇ ਸਮਾਨ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਗੋਦਾਮ ਦੇ ਮਾਲਕ ਰਜਿੰਦਰ ਅਰੋੜਾ ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਤੇ ਮੌਜੂਦ ਸਨ ਤਾਂ ਉਹਨਾਂ ਦੇ ਪੜੋਸੀ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਗੋਦਾਮ ਵਿੱਚ ਅੱਗ ਲੱਗ ਗਈ ਹੈ, ਜਿਸ ਦੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਅਤੇ ਤੁਰੰਤ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੇ, ਜਿਸ ਕਾਰਨ ਉਹਨਾਂ ਦੇ ਗੋਦਾਮ ਵਿੱਚ ਲੱਖਾਂ ਦਾ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ। ਫਗਵਾੜਾ ਨਿਊਜ਼ ਟੀਵੀ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਕੀ ਨਾਮ ਤੁਸੀਂ? ਰਾਜੀਵ ਅਰੋੜਾ। ਅਰੋੜਾ ਜੀ, ਤੁਹਾਨੂੰ ਕਦੋਂ ਪਤਾ ਲੱਗਾ ਤੁਹਾਡੀ ਦੁਕਾਨ 'ਤੇ ਅੱਗ ਲੱਗੀ? ਨਾ, ਇਹ ਮੇਰਾ ਗੋਡਾਊਨ ਹੈ ਜੀ, ਮੈਂ ਦੁਕਾਨ 'ਤੇ ਕਸਟਮਰ ਸਮਾਨ ਦੇ ਰਿਹਾ ਸੀ, ਪੜੋਸੀਆਂ ਨੇ ਦੱਸਿਆ ਤੁਹਾਡੇ ਅੱਗ ਲੱਗ ਗਈ। ਕਾਹਦਾ ਗੋਡਾਊਨ ਬਣਾਇਆ ਜੀ ਆਪਾਂ? ਡਿਸਪੋਜ਼ੇਬਲ ਹੈ ਜੀ, ਆਪਣਾ ਪੇਪਰ ਨੈਪਕਿਨਸ ਵਗੈਰਾ, ਕਾਗਜ਼ ਦੀ, ਕਾਗਜ਼ ਦਾ ਸਮਾਨ ਹੁੰਦਾ ਸਾਰਾ, ਨੈਪਕਿਨ ਨੁਪਕਿਨ, ਬਾਕੀ ਕੋਲਡ ਡਰਿੰਕ, ਪਾਣੀ ਵਗੈਰਾ, ਇੱਦਾਂ ਸਮਾਨ ਹੈ ਸਾਰਾ ਜੀ। ਨਿਊਡਲ ਵਗੈਰਾ, ਨਿਊਡਲਸ ਵਗੈਰਾ ਆਪਣੇ। ਅੱਗ ਲੱਗਣ ਦਾ ਕਾਰਨ ਕੀ ਸਾਹਮਣੇ ਆਇਆ? ਸ਼ੋਰਟ ਸਰਕਟ ਹੀ ਹੈ ਜੀ, ਦੱਸਦੇ ਪਏ ਸ਼ੋਰਟ ਸਰਕਟ ਲੱਗਦਾ। ਮਤਲਬ ਕਿੰਨੇ ਕੁ ਦਾ ਨੁਕਸਾਨ ਲੱਗਦਾ ਤੁਹਾਨੂੰ ਹੋਇਆ? ਭਾਅ ਜੀ ਤਾਂ ਗਿਣਤੀ ਨਹੀਂ, ਲੱਖਾਂ ਦੇ ਨੁਕਸਾਨ ਹੋਇਆ ਭਾਅ ਜੀ। ਲੱਖਾਂ ਦਾ ਨੁਕਸਾਨ? ਸਾਰੀ ਉਮਰ ਭਰ ਦੀ ਪੂੰਜੀ ਸੀ ਭਾਅ ਜੀ। ਅਤੇ ਫਾਇਰ ਬ੍ਰਿਗੇਡ ਟਾਈਮ ਨਾਲ ਆ ਗਈ ਸੀ? ਆ ਗਈ ਸੀ ਟਾਈਮ ਨਾਲ, ਬਹੁਤ ਮਿਹਨਤ ਕੀਤੀ। ਹੁਣ ਅੱਗ ਕਾਬੂ ਹੋ ਗਈ ਆ? ਕਾਬੂ ਲੱਗੀ ਵੀ ਹੈ ਜੀ ਵੈਸੇ, ਪਰ ਕਾਬੂ ਕਰ ਰਿਹਾ ਜੀ। ਆਪਣਾ ਜੀ? ਮੈਂ ਸਮੀਰ, ਫਾਇਰ ਬ੍ਰਿਗੇਡ ਫਗਵਾੜਾ ਤੋਂ ਜੀ। ਅੱਜ ਸਾਨੂੰ ਫਾਇਰ ਬ੍ਰਿਗੇਡ ਫਗਵਾੜਾ ਨੂੰ ਤਕਰੀਬਨ ਦੁਪਹਿਰੇ 1 ਵਜੇ ਦੇ ਕਰੀਬ ਸੂਚਨਾ ਮਿਲੀ, ਪੁਰਾਣੀ ਦਾਣਾ ਮੰਡੀ ਦੇ ਨਜ਼ਦੀਕ ਇੱਕ ਗੋਦਾਮ ਦੇ ਅੰਦਰ ਅੱਗ ਲੱਗੀ ਆ, ਜਿਸ ਦੁਕਾਨ ਦਾ ਨਾਮ ਸੀਗਾ ਸ਼੍ਰੀ ਆਨੰਦ ਇੰਟਰਪ੍ਰਾਈਜ਼। ਮੌਕੇ 'ਤੇ ਤੁਰੰਤ ਐਕਸ਼ਨ ਲੈਂਦੇ ਹੋਏ ਇੱਕ ਫਾਇਰ ਟੈਂਡਰ ਦੇ ਨਾਲ ਟੀਮ ਰਵਾਨਾ ਕੀਤੀ ਗਈ, ਅਤੇ ਮੌਕੇ 'ਤੇ ਅੱਗ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਅੱਗ ਜ਼ਿਆਦਾ ਹੋਣ ਕਾਰਨ ਮੌਕੇ 'ਤੇ ਹੋਰ ਫਾਇਰ ਟੈਂਡਰਸ ਨੂੰ ਬੁਲਾਇਆ ਗਿਆ, ਅਤੇ ਤੁਰੰਤ 2 ਟੈਂਡਰ ਹੋਰ ਫਾਇਰ ਟੈਂਡਰ ਉੱਥੇ ਰਵਾਨਾ ਕੀਤੇ ਗਏ, ਨਾਲ ਫਾਇਰ ਟੀਮਾਂ ਰਵਾਨਾ ਕੀਤੀਆਂ ਗਈਆਂ, ਅਤੇ ਅੱਗ ਨੂੰ ਹੁਣ ਬੁਝਾ ਲਿੱਤਾ ਗਿਆ ਹੈ। ਅਤੇ ਦੁਕਾਨ ਦੇ ਅੰਦਰ ਪਿਆ ਸੀਗਾ ਸਮਾਨ ਕੇਟਰਿੰਗ ਦਾ, ਜੋ ਕਿ ਡਿਸਪੋਜ਼ੇਬਲ ਪਲੇਟਾਂ, ਭਾਂਡੇ, ਉਹਨਾਂ ਦਾ ਨੁਕਸਾਨ ਹੋਇਆ ਹੈਗਾ, ਅਤੇ ਹੁਣ ਅੱਗ ਬੁਝਾ ਲਿੱਤੀ ਗਈ ਆ। ਬਿਲਡਿੰਗ ਸੇਫਲੀ ਉਹਨਾਂ ਦੇ ਓਨਰ ਦੁਆਰਾ ਹੈਂਡਓਵਰ ਕਰ ਦਿੱਤੀ ਗਈ। ਜਿਸ ਤਰ੍ਹਾਂ ਕਿ ਜਿਹੜਾ ਦੁਕਾਨ ਦਾ ਜਿਹੜਾ ਮਾਲਕ ਹੈ ਉਹਦਾ ਕਹਿਣਾ ਹੈ ਕਿ ਉਹਦਾ ਨੁਕਸਾਨ ਜਿਹੜਾ ਕਰੋੜਾਂ ਦੇ ਵਿੱਚ ਹੈ, ਤੁਸੀਂ ਵੀ ਮੌਕੇ 'ਤੇ ਗਿਆ, ਤੁਹਾਨੂੰ ਕੀ ਲੱਗਦਾ ਉੱਥੇ ਕੀ, ਜਾਂ ਤੁਹਾਨੂੰ ਕੁਛ ਬਿਆਨ ਜਾਂ ਦੱਸਿਆ ਉਹਨੇ? ਕਰੋੜਾਂ ਵਾਲਾ ਤਾਂ ਹਾਲੇ ਤੱਕ ਇੱਦਾਂ ਦੇ ਕੋਈ ਆਪਾਂ ਨਹੀਂ ਕਹਿ ਸਕਦੇ, ਸਾਡੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ, ਜੋ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਚੱਲੇਗਾ ਕਿ ਕਿੰਨਾ ਨੁਕਸਾਨ ਹੋਇਆ ਜਾਂ ਕਿਸ ਤਰ੍ਹਾਂ ਅੱਗ ਲੱਗੀ ਹੈ, ਉਹਦੀ ਰਿਪੋਰਟ ਦੇ ਦਿੱਤੀ ਜਾਏ। ਨਹੀਂ, ਫਿਲਹਾਲ ਤੁਹਾਡੇ ਮੁਤਾਬਿਕ ਕੀ ਲੱਗਦਾ ਉੱਥੇ ਜਾ ਕੇ ਤੁਸੀਂ ਮੌਕੇ 'ਤੇ ਦੇਖਿਆ ਹੋਊਗਾ ਵੀ ਅੱਗ ਦਾ ਕਾਰਨ ਕੀ ਹੋ ਸਕਦਾ, ਕੁਛ ਸ਼ੋਰਟ ਸਰਕਟ ਹੈ ਜਾਂ? ਨਹੀਂ, ਹਾਲੇ ਸਰ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ, ਇਨਵੈਸਟੀਗੇਸ਼ਨ ਹੋਏਗੀ, ਉਸ ਤੋਂ ਬਾਅਦ ਹੀ ਦੱਸਿਆ ਜਾਵੇ। Subscribe now and press the bell icon. Never miss an update.